ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਮੈਂ ਹਾਂ ਨਵਨੀਤ ਕੌਰ ਦਿਓੜਾ। ਬੁਲਟਨ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਬੁਲਟਨ ਦੀ ਸ਼ੁਰੂਆਤ ਕਰਾਂਗੇ ਹੁਣ ਤੱਕ ਦੀਆਂ ਸੁਰਖੀਆਂ ਦੇ ਨਾਲ। ਪੀਐਮ ਮੋਦੀ ਨੇ ਦਿੱਲੀ 'ਚ ਇਕਨੋਮਿਕ ਕੌਂਕਲੇਵ ਦਾ ਕੀਤਾ ਉਦਘਾਟਨ, ਲੋਕਾਂ ਨੂੰ ਕੀਤਾ ਸੰਬੋਧਨ, ਕਿਹਾ 17 ਮਹੀਨਿਆਂ 'ਚ ਭਾਰਤੀ ਅਰਥ ਵਿਵਸਥਾ 'ਚ ਹੋਇਆ ਸੁਧਾਰ। 27 ਸਾਲਾਂ ਬਾਅਦ ਹਿੰਦੁਸਤਾਨ ਪੁੱਜਿਆ ਛੋਟਾ ਰਾਜਨ, ਕਈ ਅਣਸੁਲਝੇ ਰਾਜਾਂ ਦਾ ਹੋਵੇਗਾ ਪਰਦਾਫਾਸ਼, ਦਿੱਲੀ ਪੁਲਿਸ ਦੀ ਵਿਸ਼ੇਸ਼ ਬ੍ਰਾਂਚ 'ਚ ਰੱਖਿਆ ਜਾਵੇਗਾ ਛੋਟਾ ਰਾਜਨ। ਅਤੇ ਰਾਹੁਲ ਗਾਂਧੀ ਦਾ 2 ਦਿਨਾਂ ਪੰਜਾਬ ਦੌਰਾ, ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ, ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ। ਸੁਰਖੀਆਂ ਤੋਂ ਬਾਅਦ ਹੁਣ ਖਬਰਾਂ ਵਿਸਤਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਇਕਨੋਮਿਕ ਕੌਂਕਲੇਵ ਦਾ ਉਦਘਾਟਨ ਕੀਤਾ, ਜਿਸ ਦੌਰਾਨ ਪ੍ਰਧਾਨ ਮੰਤਰੀ ਨੇ ਮੰਨਿਆ ਕਿ ਭਾਵੇਂ ਵਿਸ਼ਵ ਦੀ ਅਰਥ ਵਿਵਸਥਾ ਪਟੜੀ ਤੇ ਨਹੀਂ ਹੈ, ਪਰ 17 ਮਹੀਨਿਆਂ ਵਿੱਚ ਭਾਰਤੀ ਅਰਥ ਵਿਵਸਥਾ ਸੁਧਰੀ ਹੈ। ਜਨਧਨ ਯੋਜਨਾ ਵਿੱਚ 27,000 ਕਰੋੜ ਰੁਪਏ ਜੁਟਾਏ ਗਏ ਨੇ। ਉਹਨਾਂ ਨੇ ਆਰਥਿਕ ਸੁਧਾਰਾਂ ਦੀ ਤੁਲਨਾ ਮੈਰਾਥਨ ਰੇਸ ਦੇ ਨਾਲ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ 17 ਮਹੀਨਿਆਂ 'ਚ ਭਾਰਤੀ ਦਾ ਮਾਲੀ ਘਾਟਾ ਘਟਿਆ। It also well known, 6,500 crore rupees has been assessed before the new Black Money Act was implemented. Additionally, over ₹4,000 crore has been declared under the new Act. Thus, over ₹10,500 crore of black money from abroad has been detected and assessed. If we can sustain this improvement in integrity and transparency, what can be a more transformative reform? ਭਾਰਤੀ ਪੁਲਿਸ ਦੇ ਖੁਫੀਆ ਏਜੰਸੀਆਂ ਆਖਰਕਾਰ 27 ਸਾਲਾਂ ਬਾਅਦ ਅੱਜ ਅੰਡਰਵਰਲਡ ਡੌਨ ਛੋਟਾ ਰਾਜਨ ਨੂੰ ਮੁੜ ਹਿੰਦੁਸਤਾਨ ਦੀ ਧਰਤੀ ਤੇ ਲਿਆਉਣ ਦੇ ਵਿੱਚ ਸਫਲ ਹੋਈ ਹੈ। ਛੋਟਾ ਰਾਜਨ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਤੋਂ ਚਾਰਟਰਡ ਪਲੇਨ ਦੇ ਰਾਹੀਂ ਸਖ਼ਤ ਸੁਰੱਖਿਆ ਦੇ ਵਿਚਕਾਰ ਭਾਰਤ ਲਿਆਂਦਾ ਗਿਆ ਹੈ। ਇੰਡੋਨੇਸ਼ੀਆ ਵਿੱਚ ਹੋਏ ਜਵਾਲਾਮੁਖੀ ਧਮਾਕੇ ਤੋਂ ਬਾਅਦ ਉੱਥੇ ਮੌਸਮ ਖਰਾਬ ਹੋ ਗਿਆ ਸੀ, ਜਿਸ ਕਾਰਨ ਛੋਟਾ ਰਾਜਨ ਨੂੰ ਬੀਤੇ ਦਿਨ ਭਾਰਤ ਨਹੀਂ ਲਿਆਂਦਾ ਜਾ ਸਕਿਆ। ਰਾਜਨ ਦੇ ਖਿਲਾਫ਼ ਕਤਲ, ਜਬਰਨ ਵਸੂਲੀ ਅਤੇ ਨਸ਼ੀਲੀ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦਰਜ ਨੇ। ਉਡਾਨ ਭਰਨ ਤੋਂ ਪਹਿਲਾਂ ਰਾਜਨ ਨੇ ਕਿਹਾ ਕਿ ਮੈਂ ਭਾਰਤ ਜਾ ਰਿਹਾ ਹਾਂ ਅਤੇ ਬਹੁਤ ਖੁਸ਼ ਹਾਂ, ਕਿਉਂਕਿ ਭਾਰਤ ਵਿੱਚ ਮੇਰਾ ਜਨਮ ਹੋਇਆ ਅਤੇ ਭਾਰਤ ਹੀ ਉਸਦੀ ਧਰਤੀ ਮਾਂ ਹੈ। ਜਾਣਕਾਰੀ ਮੁਤਾਬਿਕ ਛੋਟੇ ਰਾਜਨ ਨੂੰ ਸ਼ੁਰੂ 'ਚ ਕੁਝ ਸਮੇਂ ਦੇ ਲਈ ਦਿੱਲੀ ਪੁਲਿਸ ਦੀ ਵਿਸ਼ੇਸ਼ ਬ੍ਰਾਂਚ ਦੀ ਹਿਰਾਸਤ ਵਿੱਚ ਰੱਖਿਆ ਜਾਵੇਗਾ। ਇੱਥੇ ਕਈ ਏਜੰਸੀਆਂ ਦੇ ਅਧਿਕਾਰੀ ਉਸ ਕੋਲੋਂ ਪੁੱਛਗਿੱਛ ਕਰਨਗੇ ਅਤੇ ਇਸ ਦੌਰਾਨ ਕਈ ਅਣਸੁਲਝੇ ਹੋਏ ਰਾਜਾਂ ਤੋਂ ਪਰਦਾ ਉੱਠ ਸਕਦਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਰਾਜਨ ਦੇ ਖਿਲਾਫ਼ 6 ਮਾਮਲੇ ਵੀ ਦਰਜ ਕੀਤੇ ਹੋਏ ਨੇ। ਦੋ ਦਿਨਾਂ ਪੰਜਾਬ ਦੌਰੇ ਤੇ ਆਏ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ। ਇਸ ਮੌਕੇ ਰਾਹੁਲ ਗਾਂਧੀ ਦੇ ਨਾਲ ਮੌਜੂਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਸ੍ਰੀ ਤਖ਼ਤ ਸਾਹਿਬ ਤੇ ਮੱਥਾ ਟੇਕਿਆ। ਇਸ ਦੌਰਾਨ ਰਾਹੁਲ ਗਾਂਧੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਨੇ ਪੰਗਤ 'ਚ ਬੈਠ ਕੇ ਲੰਗਰ ਛਕਿਆ ਅਤੇ ਉਸ ਤੋਂ ਬਾਅਦ ਉਹ ਬਠਿੰਡਾ ਦੇ ਲਈ ਰਵਾਨਾ ਹੋਏ। ਬਠਿੰਡਾ ਵਿਖੇ ਰਾਹੁਲ ਗਾਂਧੀ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣਨਗੇ। ਇਸ ਤੋਂ ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਵੱਲੋਂ ਫਰੀਦਕੋਟ ਦਾ ਦੌਰਾ ਕੀਤਾ ਗਿਆ ਅਤੇ ਬਰਗਾੜੀ ਕਾਂਡ ਵਿੱਚ ਮਾਰੇ ਗਏ 2 ਸਿੱਖ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ। ਪਿਛਲੇ 1 ਮਹੀਨੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਦਬੀ ਦੇ ਕਾਰਿਆਂ ਨੂੰ ਰੋਕਣ ਦੇ ਵਿੱਚ ਸਰਕਾਰ ਫੇਲ ਸਾਬਤ ਹੋਈ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਕਈ ਰੋਲ ਅਦਾ ਨਹੀਂ ਕੀਤਾ। ਇਸ ਦੇ ਲਈ ਰੋਜ਼-ਰੋਜ਼ ਸੜਕਾਂ ਤੇ ਉਤਰ ਕੇ ਕੁਝ ਨਹੀਂ ਹੋਣਾ, ਬਲਕਿ ਸਮਾਂ ਆ ਗਿਆ ਹੈ ਕਿ ਹੁਣ ਅੱਗੇ ਕੁਝ ਕੀਤਾ ਜਾਵੇ। ਸੰਤ ਸਮਾਜ ਦੇ ਆਗੂਆਂ ਨੇ ਮੋਹਾਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਰੱਖੇ। ਬੀਤੀ ਦਿਨੀ ਵਾਪਰੇ ਬੇਦਬੀ ਦੇ ਕਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸੰਤ ਸਮਾਜ ਦੇ ਆਗੂਆਂ ਨੇ ਇਸ ਹਰਕਤ ਦੇ ਦੋਸ਼ੀਆਂ ਦੇ ਲਈ ਮੋਦੀ ਸਜ਼ਾ ਦੀ ਮੰਗ ਕੀਤੀ। ਸੰਗਤ ਨੂੰ ਖੁਦ ਇਹਨਾਂ ਘਟਨਾਵਾਂ ਦੇ ਨਾਲ ਨਿਪਟਣ ਦੇ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਅਤੇ ਪਿੰਡ ਦੇ ਵਿੱਚ 5 ਮੈਂਬਰਾਂ ਜਾਂ ਲੋੜ ਮੁਤਾਬਿਕ ਕਮੇਟੀਆਂ ਬਣਾ ਕੇ ਬੇਦਬੀ ਕਰਨ ਵਾਲਿਆਂ ਦੇ ਵਿਰੁੱਧ ਲਾਮਬੰਦ ਹੋਣ ਦੀ ਆਗੂਆਂ ਨੇ ਅਪੀਲ ਕੀਤੀ। ਮੌਜੂਦਾ ਹਾਲਾਤਾਂ ਵਿੱਚ ਪਿੰਡ ਦੀਆਂ ਪੰਚਾਇਤਾਂ, ਗੁਰੂ ਘਰ ਦੀਆਂ ਕਮੇਟੀਆਂ ਨੇ ਹੋਰ ਸੰਸਥਾਵਾਂ ਨੂੰ ਮਿਲ ਕੇ ਜਿੱਥੇ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ 24 ਘੰਟੇ ਪਹਿਰੇਦਾਰੀ ਯਕੀਨੀ ਬਣਾਉਣ ਦੀ ਵੀ ਗੱਲ ਆਖੀ। ਤੇ ਉਧਰ ਕੋਲਕਾਤਾ ਤੋਂ ਛਪਣ ਵਾਲੀ ਹਿੰਦੀ ਅਖਬਾਰ ਪ੍ਰਭਾਤ ਖਬਰ ਦੇ ਵਿੱਚ ਦਾੜੀ ਰੱਖਣ ਵਾਲਿਆਂ ਬਾਰੇ ਛਪੀ ਖਬਰ ਦਾ ਸਿੱਖਾਂ 'ਚ ਰੋਸ ਪਾਇਆ ਜਾ ਰਿਹਾ। ਸਿੱਖ ਸੰਗਤ ਨੇ ਖਬਰ ਦਾ ਵਿਰੋਧ ਕਰਦਿਆਂ ਕਿਹਾ ਕਿ RSS ਅਤੇ ਸੰਘ ਪਰਿਵਾਰ ਵੱਲੋਂ ਫਿਰਕਿਆਂ ਦੇ ਵਿੱਚ ਦਰਾਰ ਪਾਉਣ ਦੇ ਲਈ ਇਹੋ ਜਿਹੀਆਂ ਖਬਰਾਂ ਛਾਪੀਆਂ ਜਾ ਰਹੀਆਂ ਨੇ। ਸ਼ਹੀਦ ਭਗਤ ਸਿੰਘ ਯਾਦਗਾਰ ਸਮਿਤੀ ਦੇ
ਕਨਵੀਨਰ ਨੇ ਸਰਵੇ ਦੇ ਨਾਮ ਤੇ ਛਪੀ ਖਬਰ ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਆਲੋਚਨਾ ਕੀਤੀ। ਉਹਨਾਂ ਦੇ ਮੁਤਾਬਕ ਭਾਰਤ ਅਤੇ ਅਮਰੀਕਾ ਦੇ 100 ਬੰਦਿਆਂ ਦੇ ਆਨਲਾਈਨ ਸਰਵੇ ਦੇ ਨਾਂ ਤੇ ਇੱਕ ਖਬਰ ਛਾਪੀ ਹੈ ਜਿੱਥੇ 120 ਕਰੋੜ ਲੋਕ ਰਹਿੰਦੇ ਨੇ। ਉੱਥੇ ਆਨਲਾਈਨ 100 ਬੰਦਿਆਂ ਦੀ ਟਿੱਪਣੀ ਨੂੰ ਸਰਵੇ ਕਿਵੇਂ ਆਖਿਆ ਜਾ ਸਕਦਾ ਹੈ। ਇੱਕ ਏਜੰਸੀ ਦੇ ਨਾਮ ਤੇ ਅਖਬਾਰ ਨੇ ਖਬਰ ਛਾਪੀ ਹੈ ਕਿ ਦਾੜੀ ਰੱਖਣ ਵਾਲੇ ਧੋਖੇਬਾਜ਼ ਅਤੇ ਰੂੜੀਵਾਦੀ ਹੁੰਦੇ ਨੇ। ਖਬਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਮਾਹਿਰਾਂ ਮੁਤਾਬਕ ਦਾੜੀ ਰੱਖਣਾ ਬਹੁਤ ਨੁਕਸਾਨਦਾਇਕ ਹੈ। ਇਸ ਖਬਰ ਤੋਂ ਬਾਅਦ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖਬਰਾਂ ਦਾ ਰੁਖ ਕਰਦਿਆਂ ਅੰਮ੍ਰਿਤਸਰ ਵੱਲ। ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਅਮਨਦੀਪ ਟੋਟੀਆ ਗੈਂਗਸਟਰ ਅਤੇ ਉਸਦੇ 6 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ADCP ਕ੍ਰਾਈਮ ਨੇ ਦੱਸਿਆ ਕਿ ਸਟਾਫ ਵੱਲੋਂ ਪੱਕੀ ਇਤਲਾਹ ਦੇ ਆਧਾਰ ਤੇ ਕੀਤੀ ਨਾਕਾਬੰਦੀ ਦੌਰਾਨ ਗਿਰੋਹ ਦੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਦੋਸ਼ੀਆਂ ਪਾਸੋਂ 4 ਪਿਸਤੌਲ ਅਤੇ ਕਈ ਜ਼ਿੰਦਾ ਕਾਰਤੂਸ ਦੇ ਨਾਲ ਨਾਲ 1 ਕਿਲੋ ਨਸ਼ੀਲਾ ਪਾਊਡਰ ਅਤੇ 2 ਚੋਰੀ ਕੀਤੀਆਂ ਗਈਆਂ ਗੱਡੀਆਂ ਵੀ ਬਰਾਮਦ ਕੀਤੀਆਂ। ADCP ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਕਈ ਮਾਮਲੇ ਦਰਜ ਪਾਏ ਗਏ ਨੇ। ਉਹਨਾਂ ਨੇ ਸਪਸ਼ਟ ਕੀਤਾ ਕਿ ਅਦਾਲਤ ਵਿਖੇ ਪੇਸ਼ ਕਰਨ ਮਗਰੋਂ ਮਿਲੇ ਰਿਮਾਂਡ ਦੌਰਾਨ ਮੁਲਜ਼ਮਾਂ ਦੇ ਕੋਲੋਂ ਡੂੰਘਾਈ ਦੇ ਨਾਲ ਪੁੱਛਗਿੱਛ ਵੀ ਕੀਤੀ ਜਾਵੇਗੀ। ਉਧਰ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਚੱਲ ਰਹੀ ਆਨਲਾਈਨ ਰਜਿਸਟਰੀਆਂ ਦੀ ਯੋਜਨਾ ਦੀ ਮਹਾਰਾਸ਼ਟਰ ਦੇ ਮਾਲ ਅਧਿਕਾਰੀਆਂ ਵੱਲੋਂ ਜਾਂਚ ਪੜਤਾਲ ਕੀਤੀ ਗਈ। ਕੁਰੂਕਸ਼ੇਤਰ ਪਹੁੰਚੀ ਟੀਮ ਦਾ ਡਿਪਟੀ ਕਮਿਸ਼ਨਰ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ ਗਿਆ। ਮਹਾਰਾਸ਼ਟਰ ਦੇ ਇੰਸਪੈਕਟਰ ਜਨਰਲ ਰੈਵਨਿਊ ਵਿਭਾਗ ਡਾਕਟਰ ਰਾਮਾ ਸਵਾਮੀ ਇਸ ਟੀਮ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਵਜੋਂ ਸ਼ਾਮਿਲ ਸਨ, ਜਿਨ੍ਹਾਂ ਨੇ ਸੂਬੇ ਵਿੱਚ ਹਰਿਆਣਾ ਦੀ ਤਰਜ਼ ਤੇ ਈ ਪ੍ਰਣਾਲੀ ਰਾਹੀਂ ਰਜਿਸਟਰੀ ਸ਼ੁਰੂ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵਿਚਾਰ ਚਰਚਾ ਕੀਤੀ। ਇਹ ਟੀਮ ਹਰਿਆਣਾ ਵਿੱਚ ਵਰਤੀ ਜਾ ਰਹੀ ਟੈਕਨੋਲੋਜੀ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ ਤਾਂ ਕਿ ਮਹਾਰਾਸ਼ਟਰ ਸੂਬਾ ਵੀ ਇਸ ਟੈਕਨੋਲੋਜੀ ਤੇ ਫੀਚਰਸ ਦਾ ਇਸਤੇਮਾਲ ਸੁਚੱਜੇ ਢੰਗ ਦੇ ਨਾਲ ਸ਼ੁਰੂ ਕਰ ਸਕੇ। ਕੁਰੂਕਸ਼ੇਤਰ ਜ਼ਿਲ੍ਹੇ ਦੇ ਇਸਮਾਇਲਾਬਾਦ ਦੇ ਕਸਬੇ ਦੇ ਵਿੱਚ ਖੁਰਾਕ ਅਤੇ ਆਪੂਰਤੀ ਵਿਭਾਗ ਵੱਲੋਂ ਗਠਿਤ ਟੀਮ ਨੇ ਕਰੋੜਾਂ ਦੇ ਕਣਕ ਘੋਟਾਲੇ ਮਾਮਲੇ ਦੀ ਬਾਰੀਕੀ ਦੇ ਨਾਲ ਛਾਣਬੀਨ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਵਿਭਾਗ ਦੇ ਗੋਦਾਮਾਂ ਦੇ ਵਿੱਚ ਪਹੁੰਚ ਕੇ ਸਟਾਕ ਦੀ ਜਾਂਚ ਕੀਤੀ ਅਤੇ ਗੋਦਾਮ ਦੇ ਵਿੱਚ ਲੱਗੀਆਂ ਕਣਕ ਦੀਆਂ ਢੇਰੀਆਂ ਦੀ ਗਿਣਤੀ ਕੀਤੀ। ਖੁਰਾਕ ਤੇ ਪੂਰਤੀ ਵਿਭਾਗ ਦੇ ਅਧਿਕਾਰੀਆਂ ਨੇ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਦੋਸ਼ੀ ਇੰਸਪੈਕਟਰ ਤੇ ਤਮਾਮ ਰਿਕਾਰਡ ਨੂੰ ਕਬਜ਼ੇ ਦੇ ਵਿੱਚ ਲੈ ਲਿਆ। ਅਧਿਕਾਰੀਆਂ ਵੱਲੋਂ ਸੰਬੰਧਿਤ ਇੰਸਪੈਕਟਰ ਦੇ ਅਧੀਨ ਆਉਣ ਵਾਲੀ ਤਮਾਮ ਸਮੱਗਰੀ ਦੀ ਰਿਪੋਰਟ ਵੀ ਤਿਆਰ ਕੀਤੀ ਜਾ ਰਹੀ ਹੈ। ਇਨੈਲੋ ਆਗੂ ਨੇ ਦੋਸ਼ ਲਗਾਇਆ ਕਿ ਕੁਰੂਕਸ਼ੇਤਰ ਜ਼ਿਲ੍ਹੇ ਦੇ ਇਸਮਾਇਲਾਬਾਦ ਦੇ ਕਸਬੇ ਦੇ ਵਿੱਚ ਖੁਰਾਕ ਅਤੇ ਆਪੂਰਤੀ ਵਿਭਾਗ ਦੇ ਜਿਸ ਅਧਿਕਾਰੀ ਨੇ 18 ਕਰੋੜ ਰੁਪਏ ਦਾ ਘੋਟਾਲਾ ਕੀਤਾ, ਉਸਦੀ ਧਰਮ ਪਤਨੀ ਭਾਜਪਾ ਦੇ ਟਿਕਟ ਤੇ ਵਿਧਾਨ ਸਭਾ ਚੋਣ ਲੜ ਚੁੱਕੀ ਹੈ। ਉਹਨਾਂ ਨੇ ਮੰਗ ਕੀਤੀ ਕਿ ਭਾਜਪਾ ਆਗੂ ਤੇ ਉਸਦੀ ਪਤਨੀ ਦੇ ਖਿਲਾਫ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। शॉर्टेज है ज़्यादा 2 लाख के लगभग, तो इतनी शॉर्टेज एक टाइम एक ही समय में नहीं हो सकती, इसलिए उनको हमारी हर 6 महीने में जो PV होती है उसकी लास्ट PV हमारी 30/6 को एंडिंग हुई थी जो जुलाई में कंप्लीट हुई थी, तो उस टीम को भी सस्पेंड कर दिया गया है। इनकी पार्टी की जो नरवाना की कैंडिडेट थी उसके हस्बैंड ने कुरुक्षेत्र के अंदर 18 करोड़ रुपये की गेहूँ का एक बड़ा घोटाला किया है जिसे केवल मात्र सस्पेंड किया गया है। उसके खिलाफ FIR लॉज होनी चाहिए थी, उसको तुरंत अरेस्ट करना चाहिए था और उससे उसके साथ साथ कोर्ट से रिमांड लेकर के सारी बातों की जानकारी हासिल करनी चाहिए थी कि उस 18 करोड़ की गेहूं के घोटाले में और कौन कौन लोग उसके साथ सम्मिलित हैं। आज जिस तरह से कांग्रेस के राज में एक लूट खसोट थी, उसी तरह की लूट और खसोट आज भी जारी है। ਖਬਰਾਂ ਦਾ ਰੁਖ ਕਰਦਿਆਂ ਦਿੱਲੀ ਵੱਲ। ਦਿੱਲੀ ਦੇ ਪ੍ਰਸਿੱਧ ਉਦਯੋਗਪਤੀ ਅਤੇ ਪੰਜਾਬ ਸਿਵਲ ਸੋਸਾਇਟੀ ਦੇ ਚੇਅਰਮੈਨ RS ਜੋੜਾ ਦੇ ਬੇਟੇ ਦੇ ਵਿਆਹ ਦਾ ਰਿਸੈਪਸ਼ਨ ਸਮਾਗਮ ਦਿੱਲੀ ਦੇ 5 ਸਿਤਾਰਾ ਹੋਟਲ ਤਾਜ ਪੈਲੇਸ ਵਿੱਚ ਹੋਇਆ। ਇਸ ਮੌਕੇ ਕਈ ਅਹਿਮ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਦਿੱਲੀ ਵਿੱਚ ਪ੍ਰਸਿੱਧ ਕਾਂਗਰਸੀ ਲੀਡਰ ਰਘਬੀਰ ਸਿੰਘ ਜੋੜਾ ਦੇ ਬੇਟੇ ਨਵਰਾਜ ਅਤੇ ਸਾਹਿਬਾ ਦੇ ਵਿਆਹ ਦਾ ਰਿਸੈਪਸ਼ਨ ਸਮਾਗਮ ਦਿੱਲੀ ਦੇ 5 ਸਿਤਾਰਾ ਹੋਟਲ ਤਾਜ ਪੈਲੇਸ ਵਿੱਚ ਹੋਇਆ, ਜਿਸ ਵਿੱਚ ਦੇਸ਼ ਦੀਆਂ ਅਲੱਗ ਅਲੱਗ ਪਾਰਟੀਆਂ ਦੇ ਪ੍ਰਸਿੱਧ ਨੇਤਾ, ਵਪਾਰੀ, ਬਿਊਰੋਕਰੇਟਸ ਅਤੇ ਦੁਨੀਆ ਭਰ ਦੇ ਦੇਸ਼ਾਂ ਵਿੱਚੋਂ 30 ਤੋਂ ਜ਼ਿਆਦਾ ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮਿਸ਼ਨਰ ਸ਼ਾਮਿਲ ਹੋਏ। ਪ੍ਰਸਿੱਧ ਹਸਤੀਆਂ ਵਿੱਚੋਂ ਭਾਜਪਾ ਦੇ ਮੁੱਖ ਨੇਤਾ LK ਅਡਵਾਨੀ, ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦੀ ਬੇਟੀ ਪ੍ਰਿਯੰਕਾ ਗਾਂਧੀ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ, ਕਾਂਗਰਸ ਜਨਰਲ ਸੈਕਟਰੀ ਦਿਗਵਿਜੇ ਸਿੰਘ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਿਤ, ਸਾਬਕਾ ਮੁੱਖ ਮੰਤਰੀ ਵਿਜੇ ਬਹੁਗੁਣਾ,
कांग्रेसी नेता सलमान खुर्शीद, साबका केंद्रीय मंत्री बूटा सिंह, श्रीमती रीता बहुगुणा, श्री फारूक अब्दुल्ला, मोंटेक सिंह आलूवालिया, भाजपा लीडर विजय गोयल, साबका केंद्रीय मंत्री एमएस गिल, अकाली दल दे लीडर सरदार सुखदेव सिंह ढींसा, प्रेम सिंह चंदूमाजरा, प्रवेश वर्मा, रवनीत सिंह बिटू, पंजाब कांग्रेस दे मौजूदा प्रधान सरदार प्रताप सिंह बाजवा, दो राज्यां दे प्रधान एच एस हंसपाल अते वरिंदर कटारिया, कांग्रेसी एमएलए राणा सोडी, मरूम कांग्रेसी लीडर अर्जुन सिंह दे बेटे अजय सिंह राहुल, अरविंदर सिंह लवली, कांग्रेस दे स्पोक्स पर्सन एस एस सपरा, साबका एमपी चरणजीत सिंह चन्नी, भाजपा दे एमपी कंवर सिंह तंवर, प्रसिद्ध व्यापारी हीरो साइकिल दे चेयरमैन पंकज मुंजाल, अमरजीत बख्शी, राजू चड्डा, प्रशांत रोहिया समेत अनेका शख्सियतां शामिल रहियां। इस दे अलावा मौजूदा दिल्ली गुरुद्वारा प्रबंधक कमेटी दे प्रधान सरदार मनजीत सिंह जी के, साबका प्रधान प्रहलाद सिंह चंडोक, अवतार सिंह हित, परमजीत सिंह सन्ना, हरविंदर सिंह सन्ना, तलोचन सिंह साबका एमपी अते पंजाबी यूनिवर्सिटी दे वाइस चांसलर प्रोफेसर जसपाल सिंह, पत्रकार दविंदरजीत सिंह दर्शी, सुप्रीम कोर्ट दे मौजूदा जज ए के सिकरी जस्टिस बीपी सिंह, दिल्ली सुप्रीम कोर्ट दे मौजूदा जज एस एस सस्तानी, पंजाब हरियाणा हाई कोर्ट दे साबका मुख जज मुकुल मुद्रिल, जस्टिस आर एस सोडी, साबका गवर्नर अते गृह सकत्तर वी के दुगल, लॉ सैकटरी विश्वनाथन, भारतीय फौज दे साबका मुखी जनरल जे जे सिंह, डिप्टी चीफ ऑफ आर्मी एस एच लांबा, दिल्ली दे एडिशनल पुलिस कमिश्नर तजिंदर लुथरा, प्रसार भारती सीईओ बी एस लाली, लुधियाना पुलिस दे डीसीपी नरेंद्र पारगव अते भारत विच विदेशां दे 32 राजदूत अते हाई कमिश्नर शामिल होए, जिस विच मुख तौर ते पाकिस्तान, नीदरलैंड, जर्मन, दक्षिणी अफ्रीका, चीन, इंडोनेशिया, मंगोलिया, वियतनाम समेत वड्डे देशां दे राजदूत अते अनेकां वड्डियां शख्सियतां शामिल होईयां। इस मौके नवे व्याहे जोड़े नूं आशीर्वाद देण लई चढ़दी कला ग्रुप दे चेयरमैन सरदार जगजीत सिंह दर्दी, मैडम जसविंदर कौर दर्दी, चढ़दी कला टाइम टीवी दे डायरैक्टर जे पी सिंह अते दिल्ली दे डायरैक्टर अमृतपाल सिंह भी खास तौर ते शामिल रहे। न्यूज़ टेक्स तो ब्यूरो रिपोर्ट, चढ़दी कला टाइम टीवी। दिल्ली विखे दिल्ली सिख गुरुद्वारा प्रबंधक कमेटी वालों श्री गुरु ग्रंथ साहिब जी की बेदबी प्रति रोस प्रगट करन अते नवंबर 1984 के सिख कतलेआम के संबंध में गुरुद्वारा श्री बंगला साहिब तो दिल्ली के जंतर मंतर तक शांतमय कैंडल मार्च कढ़िया गया। इस मार्च में हजारा सिख संगतां ने शमूलियत की। इस मार्च राही जिथे 1984 सिख कतलेआम के समूह शहीदां नूं श्रद्धांजलि दी गई, उथे ही गुरु ग्रंथ साहिब जी की बेदबी से पुलिस वालों की गई कार्रवाइया के खिलाफ रोस प्रगटाया गया। इस मार्च संबंधी जानकारी देंदेआं कमेटी के प्रधान मनजीत सिंह जी के ने कहा कि पंजाब गुरु ग्रंथ साहिब जी की बेदबी अते पुलिस वालों की गई कार्रवाइया के खिलाफ एक कैंडल मार्च किया जा रहा है। इस मौके उन्होंने कहा कि गुरु ग्रंथ साहिब जी की बेदबी एजेंसियों द्वारा करवाई जा रही है। इस मार्च दौरान दिल्ली कमेटी के मैंबर साहिबान भी शामिल रहे। गुरु ग्रंथ साहिब नूं समर्पित है जिहड़े निरादर पंजाब दे विच कुछ शरारती तत्वों वालों और एजेंसियों वालों हो रहे ने, उन्हां दे रोस प्रकट करन वास्ते है। बेगुनाहों का कतल होया उन्हां वास्ते रोस प्रकट करन वास्ते है। ये मार्च 1984 दे जिहड़े विक्टिम्स ने उन्हां दे इंसाफ वास्ते है। 31 सालों तो 1984 जो सिर्फ इंसाफ नहीं मिल सकता उसके खिलाफ तो असी उम्मीद करते हैं कि जिथे सरकार ने बहुत वड्डी जिम्मेवारी है सिखां दा साथ देना, उत्थे ही बहुत वड्डी जिम्मेवारी है। इस वेले एक साजिश चलती पई है, इहनूं बेनकाब कर जिहड़े कि पंजाब दे हालात खराब कर रही है। सो असीं सिख भाईचारे नूं बेनती करदे हां कि धन श्री गुरु ग्रंथ साहिब जिहड़े लोक बेनती कर रहे हैं इहनां तों आपां चुकन्ने होईए। 34 साल हो चुके हैं, अज तक किसी को सजा नहीं मिली, अज तक किसी को एक दिन की सजा नहीं मिली। और 30 साल पहले कांग्रेस ही सी, असीं सोचिया कि कांग्रेस सरकार ने इंसाफ नहीं देना क्योंकि उन्होंने कतल किए सन। फिलहाल इस बुलेटिन के लिए इतना ही। इसी के साथ तुसी नवनीत कौर जुड़न दी इजाजत। देश दुनिया की बाकी खबरों नाल जुड़न लई तुसी जुड़े रहो चढ़दी कला टाइम टीवी के नाल। धन्यवाद।